ਚੰਡੀਗੜ੍ਹ ਦਿੱਲੀ ਹਾਈਵੇ 'ਤੇ ਡੇਰਾਬੱਸੀ ਨੇੜੇ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਕਈ ਗੱਡੀਆਂ ਆਪਸ ਵਿੱਚ ਬੁਰੀ ਤਰ੍ਹਾਂ ਵੱਜਣ ਕਾਰਨ ਨੁਕਸਾਨੀਆਂ ਗਈਆਂ। ਇਸ ਹਾਦਸੇ ਦੌਰਾਨ ਭਾਵੇਂ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ, ਪਰੰਤੂ ਗੱਡੀਆਂ ਦੇ ਵੱਜਣ ਕਾਰਨ ਉੱਥੇ ਕਾਫ਼ੀ ਸਮਾਂ ਤੱਕ ਟ੍ਰੈਫਿਕ ਜਾਮ ਦੀ ਹਾਲਤ ਬਣੀ ਰਹੀ ਅਤੇ ਟ੍ਰੈਫਿਕ ਨੂੰ ਆਮ ਵਾਂਗ ਚਾਲੂ ਕਰਨ ਲਈ ਪੁਲਿਸ ਨੂੰ ਭਾਰੀ ਮਿਹਨਤ ਕਰਨੀ ਪਈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਲੋਹੇ ਦੇ ਗਾਡਰਾਂ ਨਾਲ ਦੱਬਿਆ ਇੱਕ ਟਰਾਲਾ ਇੱਕ ਬੱਸ ਨੂੰ ਪੁੱਠੇ ਪਾਸੇ ਓਵਰਟੇਕ ਕਰਨ ਦੀ ਕੋਸ਼ਿਸ਼ ਦੌਰਾਨ ਬੱਸ ਨਾਲ ਟਕਰਾ ਗਿਆ। ਇਸ ਟਰਾਲੇ ਦਾ ਪਿਛਲਾ ਹਿੱਸਾ ਬੱਸ ਦੇ ਵਿਚਕਾਰਲੇ ਹਿੱਸੇ ਨਾਲ ਵੱਜਿਆ ਅਤੇ ਇਸ ਟੱਕਰ ਨੂੰ ਨਾ ਸਹਾਰਨ ਕਾਰਨ ਬੱਸ ਉੱਛਲ ਕੇ ਸੜਕ ਦੇ ਡਿਵਾਈਡਰ 'ਤੇ ਜਾ ਕੇ ਫਸ ਗਈ। ਬੱਸ ਦੇ ਪਿੱਛੇ ਆ ਰਹੀਆਂ ਤੇਜ਼ ਰਫ਼ਤਾਰ ਗੱਡੀਆਂ ਇੱਕ ਤੋਂ ਬਾਅਦ ਇੱਕ ਆ ਕੇ ਉਹਦੇ ਵਿੱਚ ਵੱਜਦੀਆਂ ਰਹੀਆਂ ਅਤੇ ਬੁਰੀ ਤਰ੍ਹਾਂ ਨੁਕਸਾਨੀਆਂ। ਇਹਨਾਂ ਗੱਡੀਆਂ ਵਿੱਚ ਦੋ ਕਾਰਾਂ ਅਤੇ ਡਾਕ ਵਿਭਾਗ ਦੀ ਇੱਕ ਗੱਡੀ ਸ਼ਾਮਲ ਸੀ ਜਿਹੜੀਆਂ ਆਪਣੀ ਤੇਜ਼ ਰਫ਼ਤਾਰ 'ਤੇ ਕਾਬੂ ਨਾ ਕਰਨ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਹਾਦਸੇ ਤੋਂ ਬਾਅਦ ਉੱਥੇ ਲਗਭਗ 2 ਘੰਟੇ ਤੱਕ ਟ੍ਰੈਫਿਕ ਜਾਮ ਲੱਗਿਆ ਰਿਹਾ ਅਤੇ ਫਿਰ ਟ੍ਰੈਫਿਕ ਪੁਲਿਸ ਦੀ ਮਿਹਨਤ ਨਾਲ ਗੱਡੀਆਂ ਨੂੰ ਇੱਕ ਪਾਸੇ ਕਰਵਾ ਕੇ ਟ੍ਰੈਫਿਕ ਨੂੰ ਚਾਲੂ ਕਰਵਾਇਆ। ਸਕਾਈ ਹਾਕ ਟਾਈਮਸ ਲਈ ਅੰਬਾਲਾ ਤੋਂ ਕਰਨ ਸਿੰਗਲਾ ਦੀ ਰਿਪੋਰਟ।